ਰੈਡ ਐਫ ਐਮ ਸੁਣ ਰਹੇ ਸੀ 93.1 ਸਵੇਰ ਦੇ 8:18 ਹੋਏ ਨੇ ਅਤੇ ਸਾਡੇ ਸਟੂਡੀਓਜ਼ ਦੇ ਵਿੱਚ ਗੁਰਦਾਸ ਮਾਨ ਸਾਹਿਬ ਪਹੁੰਚ ਚੁੱਕੇ ਹਨ। ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਉਹਨਾਂ ਦੇ ਸ਼ੋਅ ਵੇਖਣ ਲਈ। ਬਹੁਤ ਸਾਰੇ ਲੋਕ ਹਰ ਵਾਰੀ ਹਰ ਜਦੋਂ ਵੀ ਆਉਂਦੇ ਨੇ ਉਤਾਵਲੇ ਰਹਿੰਦੇ ਨੇ ਅਤੇ ਅੱਜ ਉਹ ਸਾਡੇ ਸਟੂਡੀਓਜ਼ ਦੇ ਵਿੱਚ ਹਨ ਅਤੇ ਸਾਡੇ ਨਾਲ ਗੱਲਬਾਤ ਕਰਨਗੇ। ਪੂਰੇ ਫਿੱਟ ਔਰ ਤਰੋ ਤਾਜ਼ਾ ਮਹਿਸੂਸ ਹੋ ਰਹੇ ਨੇ। ਗੁਰਦਾਸ ਮਾਨ ਸਾਹਿਬ ਜੀ ਆਇਆਂ ਨੂੰ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਤਿੰਨ ਸਾਹਿਬ ਬਹੁਤ ਬਹੁਤ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਜਿੱਥੇ ਜਿੱਥੇ ਬੈਠੇ ਨੇ। ਮੇਰੇ ਖਿਆਲ ਹੁਣ ਤਾਂ ਬਹੁਤ ਦੂਰ ਤੱਕ ਜੀ ਜੀ ਪ੍ਰਸਾਰਣ ਹੋ ਗਿਆ ਹੈ, ਜਿੱਥੇ ਜਿੱਥੇ ਵੀ ਬੈਠੇ ਨੇ ਉਹਨਾਂ ਸਭ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਔਰ ਇਹਨਾਂ ਦਿਨਾਂ 'ਚ ਚੱਲ ਰਹੇ ਸਾਰੇ ਤਿੱਥ ਤਿਉਹਾਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੋ। ਮਨ ਸਾਹਿਬ ਬੜੇ ਤਰੋ ਤਾਜ਼ਾ ਲੱਗ ਰਹੇ ਹੋ, ਤੁਹਾਡੀ ਸਿਹਤ ਬੜੀ ਫਿੱਟ ਰੱਖਦੇ ਹੋ, ਹਾਲੇ ਵੀ ਲਗਾਤਾਰ ਵਰਜਿਸ਼ ਅਤੇ ਮੈਡੀਟੇਸ਼ਨ ਅਤੇ ਹੋਰ ਚੱਲਦਾ ਰਹਿੰਦਾ? ਮੇਰੇ ਖਿਆਲ ਬਹੁਤ ਜ਼ਰੂਰੀ ਹੈ ਬੰਦੇ ਲਈ, ਕਿਉਂਕਿ ਬਾਕੀ ਸਾਰੇ ਕੰਮ ਆਪਣੇ ਬੱਚਿਆਂ ਲਈ ਕਰ ਰਿਹਾ, ਉਹਦੇ ਲਈ ਕਮਾਈ ਕਰ ਰਿਹਾ, ਕੋਈ ਕਿਸੇ ਲਈ ਕਮਾਈ ਕਰ ਰਿਹਾ, ਕੋਈ ਕਿਸੇ ਲਈ ਕਮਾਈ ਕਰ ਰਿਹਾ, ਪਰ ਆਪਣੀ ਕਮਾਈ ਇਹੀ ਹੈ ਕਿ ਜਦੋਂ ਜਿਮ ਦੇ ਵਿੱਚ ਬੈਠ ਕੇ ਨਹੀਂ ਮਤਲਬ ਐਕਸਰਸਾਈਜ਼ ਕਰ ਸਕੇ, ਥੋੜ੍ਹੀ ਦੇਰ ਲਈ ਆਪਣੇ ਲਈ ਸਮਾਂ ਕੱਢ ਸਕੇ। ਆਪਣੇ ਲਈ ਸਮਾਂ ਉਹੀ ਹੋ ਸਕਦਾ ਜਾਂ ਤਾਂ ਜਦੋਂ ਤੁਸੀਂ ਆਪਣੀ ਇਬਾਦਤ ਕਰਦੇ ਹੋ ਉਹ ਤੁਹਾਡਾ ਆਪਣਾ, ਜਾਂ ਫਿਰ ਜਦੋਂ ਤੁਸੀਂ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹੋ ਉਹ ਤੁਹਾਡੀ ਆਪਣੀ ਹੈ, ਬਾਕੀ ਦਾ ਸਾਰਾ ਦੁਨੀਆ ਦਾ ਹੀ ਹੈ। ਤੁਸੀਂ ਜਿੱਥੇ ਪੰਜਾਬੀ ਬੋਲੀ ਲਈ, ਪੰਜਾਬੀ ਗੀਤਾਂ ਸੰਗੀਤਾਂ ਲਈ ਇੱਕ ਇਹੋ ਜਿਹਾ ਕੰਮ ਕੀਤਾ, ਯੂ ਆਰ ਲਿਵਿੰਗ ਲੈਜੈਂਡ, ਹੁਣ ਇਸ ਸਟੇਜ 'ਤੇ ਆ ਕੇ ਹੋਰ ਕੀ ਕਰਨਾ ਚਾਹੁੰਦੇ, ਕੀ ਕਰਨ ਦਿਲ ਕਰਦਾ? ਕੁਛ ਭਲਾ ਕਰ ਸਕੀਏ, ਕੁਛ ਆਪਣਾ, ਕੁਛ ਆਪਣੇ, ਕਿਉਂਕਿ ਪੰਜਾਬ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ, ਪੰਜਾਬ ਦੀ ਸਰਜ਼ਮੀਨ ਹੈ, ਪੰਜਾਬੀ ਮਾਂ ਬੋਲੀ ਨੇ ਸਾਨੂੰ ਇੰਨਾ ਦਿੱਤਾ, ਅਸੀਂ ਸੋਚਦੇ ਹਾਂ ਕਿ ਅਸੀਂ ਉਹਦੀ ਸੇਵਾ ਕਰ ਰਹੇ ਹਾਂ, ਸੇਵਾ ਅਸੀਂ ਨਹੀਂ ਕਰ ਰਹੇ, ਉਹ ਸਾਡੀ ਸੇਵਾ ਕਰ ਰਹੀ ਹੈ ਮਾਂ ਬੋਲੀ। ਔਰ ਪੰਜਾਬ ਨੇ ਇਸ ਜ਼ਰਖੇਜ਼ ਮਿੱਟੀ ਨੇ ਸਾਨੂੰ ਗੁਰੂਆਂ ਪੀਰਾਂ ਸ਼ਹੀਦਾਂ ਮੁਰੀਦਾਂ ਦੀ ਜਿਹੜੀ ਜੋ ਬਖਸ਼ਿਸ਼ ਸਾਨੂੰ ਦਿੱਤੀ ਹੈ, ਪੰਜਾਬ ਪਾਣੀਆਂ ਨੇ ਸਾਨੂੰ ਜੋ ਇੱਜ਼ਤ ਮਾਣ ਸਤਿਕਾਰ ਬਖਸ਼ੇ, ਬੋਲੀ ਨੇ ਮਾਣ ਸਤਿਕਾਰ ਬਖਸ਼ੇ, ਅਸੀਂ ਉਸ ਲਈ ਕੁਛ ਕਰ ਸਕੀਏ, ਉਸ ਦੀ ਆਉਣ ਵਾਲੀ ਜਿਹੜੀ ਪਨੀਰੀ ਹੈ, ਸਾਡੇ ਜਨਰੇਸ਼ਨ ਹੈ ਪੰਜਾਬੀਆਂ ਦੀ, ਇਸ ਨੂੰ ਸੰਭਾਲ ਸਕੀਏ, ਨਸ਼ਿਆਂ ਤੋਂ ਮੁਕਤ ਕਰਵਾ ਸਕੀਏ, ਔਰ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤ ਵਾਲੇ ਪਾਸੇ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੈਂ ਉਹਨਾਂ ਬੱਚਿਆਂ ਨੂੰ ਮਿਲਣਾ ਚਾਹੁੰਦਾ ਜਿਹੜੇ ਇਸ ਚੀਜ਼ ਤੋਂ ਦੁਖੀ ਹੈ, ਕਿਉਂਕਿ ਜਿਹਨਾਂ ਨੂੰ ਲੱਗ ਗਿਆ ਨਸ਼ਾ ਉਹ ਤਾਂ ਫਿਰ ਲੱਗ ਹੀ ਛੂਟੇ ਨਾ। ਸੋ ਮੈਂ ਚਾਹੁੰਦਾ ਕਿ ਉਹਨਾਂ ਦੇ ਘਰਾਂ ਵਿੱਚ ਜਾ ਕੇ ਵੀ ਮੈਂ ਮਿਲ ਸਕਾਂ ਉਹਨਾਂ ਨੂੰ। ਮੈਨੂੰ ਹੁਣ ਕੁਛ ਮਿਲੇ ਸੀਗੇ ਆਪਣੇ ਆਪਣਾ ਮੁਕਤਸਰ ਵਾਲੇ ਸਾਈਡ ਤੋਂ ਜੀ, ਮੁੰਡੇ ਮਿਲੇ ਸੀ ਮੈਨੂੰ ਆ ਕੇ, ਕਹਿੰਦਾ ਜੀ ਸਾਡੇ ਬੱਚੇ ਹੈ ਕੁਛ, ਮੈਂ ਉਹਨਾਂ ਨੂੰ ਮਿਲਾਉਣਾ ਚਾਹੁੰਦੇ ਹਾਂ ਅਸੀਂ, ਸ਼ਾਇਦ ਤੁਹਾਡੀ ਕੋਈ ਗੱਲਬਾਤ ਦੇ ਨਾਲ ਉਹਨਾਂ ਦੇ ਅੰਦਰ ਕੁਛ ਮੋੜ ਆ ਜੇ। ਸੋ ਮਰਨ ਕਗਾਰ 'ਤੇ ਹੈ। ਤੁਸੀਂ ਲਿਖਿਆ ਵੀ ਸੀ ਵੀ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾਲ ਆਉਂਦੇ ਨੇ। ਹਾਂ, ਕੀ ਬਾਤ, ਉਹਦੇ ਵਿੱਚ ਦੁੱਧ ਪੁੱਤ ਗੁਰਦਾਸ ਦੀਆਂ ਨਿਗਰਾਨੀ ਚਾਹੁੰਦੇ ਨੇ, ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਸੁਲਫੇ ਸੂਟੇ 'ਤੇ, ਇਸ ਤਰ੍ਹਾਂ ਦੇ ਗੀਤ ਵੀ ਤੁਸੀਂ ਲਿਖੇ ਨੇ। ਲੇਕਿਨ ਜਿੱਥੇ ਤੁਸੀਂ ਸਰਬੰਸ ਦਾਨੀਆਂ ਲਿਖਿਆ ਉੱਥੇ ਹੋਰ ਬਹੁਤ ਸਾਰੇ ਗੀਤ ਤੁਹਾਡੇ ਜਿਹੜੇ ਲੋਕ ਸੁਣਦੇ ਨੇ, ਆਮ ਪਾਠ ਦੀ ਤਰ੍ਹਾਂ ਸੁਣਦੇ ਨੇ, ਹੁਣ ਨਵੇਂ ਗੀਤ ਕਿਹੜੇ ਲੈ ਕੇ ਆ ਰਹੇ ਹੋ ਤੁਸੀਂ? ਕਹਿੰਦੇ ਸੀ ਸਾਡੀ ਹੁਣ ਇਹਨਾਂ ਦਿਨਾਂ 'ਚ ਐਲਬਮ ਦੀ ਤਿਆਰੀ ਚੱਲ ਰਹੀ ਸੀ, ਆ ਜਦੋਂ ਕਿ ਆ ਗੀਤ ਜਿਹੜਾ ਕੀ ਬਣੋ ਦੁਨੀਆ ਦਾ ਆਇਆ, ਹਾਂਜੀ ਹਾਂਜੀ, ਇਹ ਸਾਰੇ ਇਤਫਾਕਨ ਇਕੱਠੇ ਹੋਏ ਹੋਏ ਸੀ ਉਹਨਾਂ ਦਿਨਾਂ 'ਚ, ਅਸੀਂ ਔਰ ਸਾਡੀ ਰਿਕਾਰਡਿੰਗ ਚੱਲ ਰਹੀ ਸੀ, ਸ਼ਾਹ ਜੀ ਜਤਿੰਦਰ ਸ਼ਾਹ ਜੀ ਜਿਹੜੇ ਸਾਡਾ ਮਿਊਜ਼ਿਕ ਦੇ ਰਹੇ, ਔਰ ਉਹਨਾਂ ਦਿਨਾਂ 'ਚ ਦਲਜੀਤ ਵੀ ਉੱਥੇ ਆਇਆ ਹੋਇਆ ਸੀ। ਸੋ ਇਹ ਕੋਕ ਸਟੂਡੀਓ ਵਾਲੇ ਮਿਸਟਰ ਜੱਗੀ, ਉਹਨਾਂ ਨੇ ਆ ਕੇ ਇਸ ਤਰ੍ਹਾਂ ਕਿਹਾ ਕਿ ਯਾਰ 3 ਸਾਲ ਹੋ ਗਏ ਅਸੀਂ ਤੁਹਾਨੂੰ ਲੱਭਦਿਆਂ ਨੂੰ, ਅਤੇ ਤਰੀਕਾਂ ਨਹੀਂ ਮਿਲਦੀਆਂ ਸੀ ਪ੍ਰੋਪਰ ਤਰੀਕੇ ਨਾਲ, ਕਿਉਂਕਿ ਜਦੋਂ ਸਾਡੇ ਕੋਲ ਹੁੰਦਾ ਸੀ ਤੁਹਾਡੇ ਨਹੀਂ ਹੁੰਦੇ ਸੀ, ਜਦੋਂ ਤੁਹਾਡੇ ਕੋਲ ਹੁੰਦੇ ਸੀ ਸਾਡਾ ਆਲਰੇਡੀ ਜਿਹੜਾ ਸ਼ਡਿਊਲ ਸੀਗਾ ਉਹ ਨਿਕਲ ਚੁੱਕਾ ਹੁੰਦਾ ਸੀ, ਅਤੇ ਹੁਣ ਤੁਸੀਂ ਇਸ ਤਰ੍ਹਾਂ ਆਪਾਂ ਕਮਲੀ ਯਾਰ ਦੀ ਕਮਲੀ ਰਿਕਾਰਡ ਕਰਦੇ ਹਾਂ। ਅੱਛਾ ਜੀ, ਆਵੇਂ ਯਾਰ ਕਮਲੀ ਯਾਰ ਦੀ ਕਮਲੀ, ਸੋ ਬੇਸ਼ੱਕ ਤੁਸੀਂ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਕੁਛ ਹੋਰ ਕਰਨਾ ਚਾਹੀਦਾ, ਹੋਰ ਕੀ ਕਰਨਾ ਚਾਹੀਦਾ। ਤਾਂ ਮੇਰੇ ਇੱਕੋ ਹੀ ਗੀਤ ਯਾਦ ਆਇਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜ਼ਰੂਰਤ ਵੀ ਹੈ ਕਿ ਕੀ ਬਣੋ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਂਗੂ ਜਾਣੇ, ਉਦੋਂ ਵੀ ਕਹੀ ਸੀ ਗੱਲ ਔਰ ਹੁਣ ਤਾਂ ਉਹ ਜ਼ਿਆਦਾ ਟੁੱਕਦੀ ਹੈ ਇਸ ਸਮੇਂ ਦੇ ਉੱਤੇ। ਸੋ ਮੈਂ ਚਾਹੁੰਦਾ ਸੀ ਕਿ ਸ਼ਾਇਦ ਕਿ ਗੀਤ ਦੇ ਜ਼ਰੀਏ ਲੋਕਾਂ ਤੱਕ ਉਹ ਗੱਲ ਪਹੁੰਚੇ, ਉਹ ਬੱਚਿਆਂ ਤੱਕ ਗੱਲ ਪਹੁੰਚਦੇ। ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ, ਕੜਕਣ ਹੱਡੀਆਂ ਵਜਾਉਣ ਡਮਰੂ, ਸਿਆਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ, ਦਿਲ ਮਿਲੇ ਕਿਤੇ ਅੱਖ ਕਿਤੇ ਲੜਦੀ, ਹੈ ਨਾ, ਮਰ ਜਾਣੇ ਮਾਨਾ ਕੀ ਭਰੋਸਾ, ਕੱਲ੍ਹ ਦਾ ਬੁਰਾ ਨਹੀਂ ਮਨਾਈ ਦਾ ਕਿਸੇ ਦੀ ਗੱਲ ਦਾ, ਕਹਿ ਗਏ ਨੇ ਲੋਕ ਸਿਆਣੇ। ਮੈਂ ਕਿਹਾ ਇਹ ਕਰ ਲਈਏ, ਕਹਿੰਦੇ ਨਹੀਂ ਜੀ ਭਾਅ ਜੀ ਕੋਈ ਕਮਰਸ਼ਲ ਚਾਹੀਦਾ, ਇਹ ਤਾਂ ਮਤਲਬ ਤੁਸੀਂ ਸਿੱਖ ਦੇਣ ਵਾਲੀ ਗੱਲ ਕਰਤੀ ਮੈਸੇਜ ਦਾ। ਮੈਂ ਕਿਹਾ ਮੈਸੇਜ ਤਾਂ ਬਹੁਤ ਜ਼ਰੂਰੀ ਹੈ, ਔਰ ਅੱਜ ਉਸ ਮੈਸੇਜ ਦੀ ਵਜ੍ਹਾ ਕਰਕੇ ਮੇਰੇ ਖਿਆਲ ਹੈ ਇਸ 'ਤੇ ਕਿੰਨੀ ਵਿਊਰਸ਼ਿਪ ਜਿਹੜੀ ਆਈ ਹੈ, ਮੈਂ ਸੋਚ ਵੀ ਨਹੀਂ ਸਕਦਾ ਕਿ ਇਹ ਇਸ ਗੀਤ ਨੂੰ ਇੰਨਾ ਪਿਆਰ ਮਿਲੇਗਾ। ਇਸ਼ਕ ਨਾ ਕਰਦਾ ਰਹਿਮਤ ਕਿਹਨੇ ਨੱਚਣਾ ਗਾਉਣਾ ਸੀ, ਮਰ ਜਾਣਾ ਤੇਰਾ ਮਾਨ ਕਿਧਰੇ ਮੁਨਸ਼ੀ ਹੋਣਾ ਸੀ, ਉਹਨਾਂ ਦਿਨਾਂ ਦੀ ਗੱਲਾਂ ਸੁਣਾਓ ਜਿਹੜੇ ਕਾਲਜ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੀ। ਮੈਂ ਥਿੰਦ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਰਹੇ ਜੀ, ਕਹਿੰਦੇ ਨਾ ਵੀ ਜਿਹੜੇ ਘਰ ਦਾ ਖਾਈਏ, ਜਿਹੜੇ ਮੁਲਕ ਦਾ ਖਾਈਏ,
ਔਰ ਜਿਸ ਪ੍ਰੋਫੈਸ਼ਨ ਦਾ ਖਾਈਏ ਉਸ ਨੂੰ ਯਾਦ ਜ਼ਰੂਰ ਰੱਖੀਦਾ ਤਾਂ ਮੈਂ ਬਿਜਲੀ ਬੋਰਡ ਦੇ ਮਹਿਕਮੇ ਲਈ ਜਿਸ ਇੱਕ ਫੰਕਸ਼ਨ ਲਈ ਉਹਨਾਂ ਨੇ ਬੁਲਾਇਆ ਸੀਗਾ ਉਸ ਜਗ੍ਹਾ 'ਤੇ ਕਹਿੰਦੇ ਜੀ ਕੁਛ ਬੋਲ ਦਿਓ ਜੀ ਮੈਂ ਕੁਛ ਲਾਈਨਾਂ ਬੋਲੀਆਂ ਸੀ ਲਿਖੀਆਂ ਸੀ ਆਪਣੇ ਉਸ ਵਾਸਤੇ ਕਿ ਵਾਹ ਨਹੀਂ ਬਿਜਲੀਏ ਜਾ ਨਾ ਬਿਜਲੀਏ ਵਾਹ ਤੇਰੀ ਰੋਸ਼ਨਾਈ ਅੱਛਾ ਜੀ ਬਿਜਲੀ ਬੋਰਡ ਦੇ ਕੰਮ ਕੀਤਾ ਨਾ ਮੈਂ ਥੋੜ੍ਹੀ ਜਿਹੀ UDC ਤਾਂ ਹੀ ਕਿਹਾ ਸੀ ਨਾ ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਜੀ 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 ਇਸ਼ਕ ਨਾਲ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ ਤਾਂ ਮੈਂ ਉੱਥੇ ਜ਼ਿਕਰ ਕੀਤਾ ਕਿ ਵਾਹ ਨਹੀਂ ਬਿਜਲੀਏ ਜਾ ਨਾ ਬਿਜਲੀਏ ਵਾਹ ਤੇਰੀ ਰੋਸ਼ਨਾਈ ਤੂੰ ਇੰਦਰ ਦੇ ਖਾੜੇ ਵਿੱਚੋਂ ਪਰੀ ਉਤਰ ਕੇ ਆਈ ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਸਮਾਈ ਇਹ ਨਦੀਆਂ ਨੂੰ ਇਕੱਠੀਆਂ ਕਰਕੇ ਨੰਗਲ ਨੈ ਬਣਾਈ ਪਾਵਰ ਹਾਊਸ ਤੋਂ ਚੱਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਬਿਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਭਰਜਾਈ ਬਟਨ ਦਬਾਇਆ ਬਲ ਦੇ ਲਾਟੂ ਘੁੰਡ ਚੱਕਿਆ ਰੋਸ਼ਨਾਈ ਬਿਜਲੀ ਨੇ ਗੁਰਦਾਸ ਮਾਨ ਨੂੰ ਇੱਜ਼ਤ ਬੜੀ ਦਵਾਈ ਸਦਕੇ ਜਾਵਾਂ ਉਹਨਾਂ ਦੇ ਜਿੰਨਾ ਘਰ ਘਰ ਵਿੱਚ ਪਹੁੰਚਾਈ ਲੱਖ ਲਾਹਣ ਤਾਂ ਚੋਰਾਂ ਦੇ ਜਿਹੜੇ ਬੈਠੇ ਕੁੰਡੀ ਲਾਈ ਇਸ ਬਿਜਲੀ ਨੂੰ ਓਨਾ ਹੀ ਵਰਤੋਂ ਜਿੰਨੀ ਲੋੜ ਹੈ ਭਾਈ ਨਹੀਂ ਤੇ ਹੋ ਜਾਓਗੇ ਬਿਜਲੀ ਦੇ ਘਰ ਜਾਈ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਨਿੱਕੀ ਨਿੱਕੀਆਂ ਗੱਲਾਂ ਤੋਂ ਲੈ ਕੇ ਰੋਟੀ ਤੋਂ ਲੈ ਕੇ ਸਾਈਕਲ ਤੋਂ ਲੈ ਕੇ ਹੋਰ ਜ਼ਿੰਦਗੀ ਦੀਆਂ ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਸੀ ਦੇਖੋ ਪੌਪ ਆਇਆ ਫਿਰ ਰੈਪ ਆਇਆ ਆਉਂਗੇ ਚਲੇ ਗਏ ਪਰ ਤੁਸੀਂ ਆਪਣਾ ਜਿਹੜਾ ਲਗਾਤਾਰ ਇਸ ਤਰ੍ਹਾਂ ਦਾ ਸ਼ਾਇਰੀ ਸੀ ਜਿਹੜੀ ਬੜੀ ਮੀਨਿੰਗਫੁੱਲ ਸ਼ਾਇਰੀ ਸੀ ਆਮ ਲੋਕਾਂ ਤੱਕ ਪਹੁੰਚਦੀ ਸੀ ਇਹ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਇਹਨਾਂ ਬੁੱਲਿਆਂ ਤੋਂ ਇੰਨੀਆਂ ਤੱਤੀਆਂ ਠੰਡੀਆਂ ਹਵਾਵਾਂ ਚੱਲੀਆਂ ਨੇ ਇਹਨਾਂ ਬੁੱਲਿਆਂ ਨੇ ਕੀ ਅਸਰ ਕਰਨਾ ਸੀ ਮੇਰੇ 'ਤੇ ਬੁੱਲੇ ਦਾ ਬਹੁਤ ਅਸਰ ਹੈ ਬਾਬਾ ਬੁੱਲੇ ਸ਼ਾਹ ਜੀ ਦਾ ਜਿਹਨਾਂ ਦੇ ਉੱਤੇ ਅਸਰ ਹੋਵੇ ਸ਼ਾਹ ਹੁਸੈਨ ਦਾ ਅਸਰ ਹੋਵੇ ਵਾਰਿਸ ਸ਼ਾਹ ਦਾ ਅਸਰ ਹੋਵੇ ਸੋ ਇਹ ਇਹਨਾਂ ਦੀ ਸ਼ਾਇਰੀ ਜਿਹੜੀ ਕਿਉਂਕਿ ਅਸੀਂ ਸੁਣੇ ਹੀ ਉਹ ਆ ਬਾਬਾ ਜੀ ਅਸੀਂ ਤਕਰੀਬਨ ਗਾਏ ਉਹਨਾਂ ਨੂੰ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਿਆ ਉਹਨਾਂ ਦੇ ਕਵਾਲੀ ਦਾ ਜਿਹੜਾ ਰੰਗ ਹੈ ਉਸ ਕਵਾਲੀ ਦੇ ਰੰਗ ਦੇ ਵਿੱਚੋਂ ਹੀ ਮੇਰਾ ਰੰਗ ਜਿਹੜਾ ਨਿਕਲਦਾ ਰਿਹਾ ਮੇਰਾ ਰੰਗ ਜਿਹੜਾ ਸੀ ਮੇਰੇ ਅੰਦਰ ਸੀਗਾ ਉਹ ਸੁਧਰਦਾ ਰਿਹਾ ਥੋੜ੍ਹਾ ਹੋਰ ਅੱਛੇ ਰੰਗ ਦੇ ਵਿੱਚ ਆਉਣ ਲੱਗਿਆ ਸੋ ਮੈਂ ਚਾਹੁੰਦਾ ਕਿ ਇਹਨਾਂ ਚੀਜ਼ਾਂ ਦੀ ਮੇਰੇ 'ਤੇ ਕੋਈ ਪਾਹ ਨਹੀਂ ਚੜ੍ਹਨੀ ਕਿਉਂਕਿ ਜਿਹਨਾਂ ਦੇ ਰੰਗ ਪਹਿਲਾਂ ਹੀ ਮਾਲਕ ਨੇ ਪੱਕੇ ਕਰਕੇ ਭੇਜੇ ਹੁਣ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਤੁਹਾਡੀ ਇੱਕ ਫਿਲਮ ਸੀ ਕਚਹਿਰੀ ਸ਼ਾਇਦ ਮੇਰੇ ਖਿਆਲ ਪੌਪ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਇਹ ਤਾਂ ਆਪਣੇ ਦਿਲ ਦੇ ਮਾਮਲੇ ਦੇ ਵਿੱਚ ਵੀ ਸੀਗਾ ਥੋੜ੍ਹਾ ਬਹੁਤ ਮੈਨੂੰ ਕਿਸੇ ਦੇਸੀ ਬੰਦੇ ਨੇ ਦੱਸਿਆ ਦੇਖੋ ਪੜ੍ਹੇ ਲਿਖੇ ਬੰਦੇ ਤਾਂ ਆਪਣੀਆਂ ਗੱਲਾਂ ਕਰਦੇ ਹੀ ਨੇ ਉਹ ਕਹਿੰਦਾ ਯਾਰ ਇਹ ਤਾਂ ਸਾਡੇ ਗੁਰਦਾਸ ਨੇ ਗਾਇਆ ਪਿਆ ਪਹਿਲਾਂ ਉਦੋਂ ਤੁਸੀਂ ਜਦੋਂ ਨਾਜ਼ੁਕ ਜਿਹਾ ਦਿਲ ਹੈ ਮੇਰਾ ਗੱਲ ਕੀ ਦਿਲ ਹੋਇਆ ਤੇਰਾ ਰਾਤ ਨੂੰ ਨੀਂਦ ਨਾ ਆਵੇ ਖਾਣ ਨੂੰ ਪਵੇ ਹਨੇਰਾ ਸੋਚਾਂ ਵਿੱਚ ਗੋਤੇ ਖਾਂਦਾ ਚੜ੍ਹਦਾ ਹੈ ਨਵਾਂ ਸਵੇਰਾ ਏਦਾਂ ਜੇ ਹੁੰਦੀ ਰਹਿਸੀ ਹੋਵੇਗਾ ਕਿਵੇਂ ਬਸੇਰਾ ਇੱਕੋ ਗੱਲ ਕਹਿੰਦਾ ਤੈਨੂੰ ਮਰ ਜਾਏਗਾ ਆਸ਼ਕ ਤੇਰਾ ਹੋ ਜ਼ਿੱਦ ਨਾ ਕਰੋ ਸੱਜਣ ਦਿਲ ਵਾਹ ਇਹਦੇ ਰੈਪ ਹੀ ਆ ਹੋਰ ਕੀ ਹੈ ਜੀ ਜੀ ਇਹ ਉਹ ਦੱਸ ਰਿਹਾ ਬੰਦਾ ਮੈਨੂੰ ਦੱਸ ਰੰਗਤਾਂ ਕਈ ਆਈਆਂ ਤੁਹਾਡੀ ਗਾਇਕੀ ਹਾਂਜੀ ਹਾਂ ਜਦੋਂ ਦੇਸੀ ਬੰਦਾ ਕੋਈ ਗੱਲ ਦੱਸੇ ਇਹਦਾ ਮਤਲਬ ਹੈ ਸ਼ੁੱਧ ਹੈ ਸਪਸ਼ਟ ਹੈ ਮੈਂ ਫਿਲਮਾਂ ਦੀ ਗੱਲ ਕਰਨ ਲੱਗਿਆ ਸੀ ਵੀ ਤੁਹਾਡੀ ਕਚਹਿਰੀ ਫਿਲਮ ਨੂੰ ਇੱਕ ਵਾਰੀ ਅਵਾਰਡ ਮਿਲਿਆ ਹੋਰ ਕਈ ਫਿਲਮਾਂ ਤੁਸੀਂ ਬਹੁਤ ਕਮਾਲ ਦੀਆਂ ਫਿਲਮਾਂ ਸਨ ਜਿਹੜੀਆਂ ਉਹ ਬਣਾਈਆਂ ਨੇ ਹੁਣ ਕਿਸੇ ਹੋਰ ਫਿਲਮ ਦੇ ਮੁਤਲਕ ਵੀ ਇਰਾਦਾ ਬਣ ਰਿਹਾ ਮੇਰੇ ਖਿਆਲ ਹਜੇ ਫਿਲਮ ਦਾ ਕਿਉਂਕਿ ਸਾਡਾ ਟੂਰ ਚੱਲ ਰਿਹਾ ਔਰ ਐਲਬਮ ਦੇ ਉੱਤੇ ਤਿਆਰੀ ਚੱਲ ਰਹੀ ਹੈ ਬਾਕੀ ਉਹ ਮਨਜੀਤ ਦਾ ਜਿਹੜਾ ਡਿਪਾਰਟਮੈਂਟ ਹੈ ਡਾਇਰੈਕਸ਼ਨ ਡਿਪਾਰਟਮੈਂਟ ਉਹਦੇ 'ਤੇ ਉਹ ਸਾਰੇ ਲੱਗੇ ਹੋਏ ਹੈ ਡਾਇਰੈਕਸ਼ਨ ਦੇ ਜਿਹੜੇ ਬੰਦੇ ਹੈ ਸੋ ਮੇਰਾ ਜਿਹੜਾ ਕੰਮ ਹੈ ਫਿਲਹਾਲ ਮੈਂ ਇੱਧਰਲੇ ਪਾਸੇ ਪੂਰਾ ਇਕਾਗਰਤ ਚਿੱਤ ਹੋ ਕੇ ਮੈਂ ਕਰਨਾ ਚਾਹੁੰਦਾ ਕਿ ਜਿਹੜੀ ਚੀਜ਼ ਨੂੰ ਫੜੀਏ ਤਾਂ ਫਿਰ ਉਹ 100% ਦੇ ਕੇ ਸ਼ੁਰੂ ਕਰੀਦੀ ਅੱਛਾ ਮਾਨ ਸਾਹਿਬ ਤੁਸੀਂ ਐਲਬਮ ਦਾ ਜ਼ਿਕਰ ਕੀਤਾ ਇਹਦੇ ਬਾਰੇ ਸਾਨੂੰ ਹੋਰ ਦੱਸੋ ਕਿੰਨੇ ਗੀਤ ਨੇ ਇਹਦੇ 'ਚ ਅਤੇ ਆਪ ਜੀ ਦੇ ਹਜੇ ਤੱਕ ਮਤਲਬ ਉਹ ਦੱਸਣ ਦੇ ਯੋਗ ਨਹੀਂ ਹੈ ਕਿਉਂਕਿ ਅੱਜ 4 ਗੀਤਾਂ ਦੀ ਅਸੀਂ ਰਿਕਾਰਡਿੰਗ ਕੀਤੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਹਿੰਦੇ ਬਹੁਤ ਸਿੰਗਲ ਕੱਢਣ ਵਾਲਾ ਜਿਹੜਾ ਟਾਈਮ ਸ਼ੁਰੂ ਹੋ ਗਿਆ ਹਾਂਜੀ ਜੀ 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 ਪਰ ਅਸੀਂ ਹੁਣ ਦੇਖਦੇ ਹਾਂ ਕਿ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਕਿ ਕਿਉਂਕਿ 4 ਸਾਡੇ ਸੌਂਗ ਵਿਦ ਮਿਊਜ਼ਿਕ ਹੋਏ ਵੇ ਹੈ ਮੇਰੀ ਵੋਇਸ ਡੱਬ ਹੋਣੀ ਹੈ ਅਜੇ ਜਾ ਕੇ ਤਾਂ ਬਾਕੀ ਦਾ ਪੂਰਾ ਜਦੋਂ ਪ੍ਰੋਸੈਸ ਤਿਆਰ ਹੋ ਜਾਏਗਾ ਉਹਨਾਂ ਦੇ ਵਿੱਚੋਂ ਵੀਡੀਓ ਬਣ ਜਾਣਗੀਆਂ ਫਿਰ ਜਾ ਕੇ ਇਸ ਗੱਲ ਦੇ ਉੱਤੇ ਬਹਿਸ ਹੋ ਸਕਦੀ ਹੈ ਜਾਂ ਕੁਛ ਦੱਸਿਆ ਜਾ ਸਕਦਾ ਤੁਸੀਂ ਕਹਿੰਦੇ ਸੀ ਵੀ ਮੈਂ ਇੱਕ ਅੱਧਾ ਗਾਣਾ ਜਿਹੜਾ ਵਧੀਆ ਮੈਨੂੰ ਲੱਗਦਾ ਹੁੰਦਾ ਫਿਰ ਮੈਂ ਵੈਂਕੂਰ ਤੋਂ ਪਾਸ ਕਰਵਾਉਣਾ ਹੁੰਦਾ ਮੈਂ ਸੁਣਾਊਂਗਾ ਨਾ ਤਾਂ ਹਾਂ ਮੈਂ ਲਿਆਉਂਗਾ ਇਸ ਧਰਤੀ ਲਈ ਜਦੋਂ ਮੈਂ ਉੱਥੇ ਉਤਰਦਾ ਨਾ ਤਾਂ ਮੈਨੂੰ ਹਮੇਸ਼ਾ ਇਹੀ ਰਹਿੰਦੀ ਹੈ ਅਰਦਾਸ ਕਰਦਾ ਹੁੰਦਾ ਮੈਂ ਕਿ ਤੂੰ ਮੈਨੂੰ ਹਰ ਵਾਰੀ ਕੋਈ ਨਾ ਕੋਈ ਗੀਤ ਦਿੱਤਾ ਅਤੇ ਮੈਨੂੰ ਐਤਕੀ ਵੀ ਉਹ ਗੀਤ ਨਾਲ ਨਵਾਜ਼ੀ ਮੇਰੇ ਅਜੇ ਤੱਕ ਮੇਰੇ ਕੋਲ ਨਹੀਂ ਹੈ ਮਗਰ ਹੋਣਾ ਜ਼ਰੂਰ ਹੈ ਜੀ ਅਤੇ ਇਹਦੇ ਵਿੱਚ ਦਿਨ ਕੋਈ ਰਹਿ ਨਹੀਂ ਗਿਆ ਕੱਲ੍ਹ ਤਾਂ ਪ੍ਰੋਗਰਾਮ ਹੈ ਹਾਂਜੀ 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 ਹੁਣ ਤਾਂ ਆ ਗਿਆ ਕੰਮ ਲੇਕਿਨ ਸਾਨੂੰ ਇਹ ਜ਼ਰੂਰ ਦੱਸੋ ਕਿਉਂਕਿ ਤੁਹਾਡੀ ਜ਼ਿੰਦਗੀ ਬਾਰੇ ਤੁਹਾਡੇ ਬਾਰੇ ਤੁਹਾਡੇ ਸ਼ੌਕਾਂ ਬਾਰੇ ਤੁਹਾਡੇ ਜਿਹੜੀ ਸ਼ੌਕ ਜਿੰਨੇ ਸ਼ੌਕ ਤਾਂ ਅੰਗਰੇਜ਼ੀ ਵਾਲੇ ਵੀ ਸ਼ੌਕ ਹੁੰਦੇ ਆਏ ਤੁਹਾਡੇ ਜਿਹੜੇ ਹੋਬੀਜ਼ ਨੇ ਤੁਹਾਡੇ ਸ਼ੌਕ ਨੇ ਉਹਨਾਂ ਬਾਰੇ ਲੋਕ ਜਾਣਨਾ ਚਾਹੁੰਦੇ ਆ ਤੁਹਾਡੇ ਪੁਰਾਣੇ ਕਾਲਜ ਦੇ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਜਿਹੜੇ ਪੜ੍ਹ ਕੇ ਆਏ ਆ ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ ਕਿਸੇ ਅੱਲਾ ਦੇ ਫਕੀਰ ਦੀ ਦੁਆ ਵਰਗੇ
ਘਰ ਮਿੱਤਰਾਂ ਨੂੰ ਯਾਦ ਸਾਡੀਆਂ ਚੀਜ਼ਾਂ ਪੈਂਦੀਆਂ ਜਿਹੜੇ ਬਣ ਗਏ ਨੇ ਪੁਰੇ ਦੀ ਹਵਾ ਵਰਗੇ ਵਾਹ ਵਾਹ ਇੰਨੀ ਛੇਤੀ ਸਾਡੇ ਫੁੱਲ ਨਾ ਫਰੋਲੋ ਦੋਸਤੋ ਅਸੀਂ ਮੁਰਦੇ ਦੀ ਸਜਰੀ ਸਵਾਹ ਵਰਗੇ ਕਿਆ ਬਾਤ ਮਰ ਜਾਣਿਆ ਸੰਭਾਲੀ ਮਾਨਾ ਗੀਤ ਆਪਣੇ ਮਤੇ ਬਣ ਜਾਣ ਗੈਰਾਂ ਦੀ ਨਿਗਾਹ ਵਰਗੇ ਕਿਆ ਬਾਤ ਅਸੀਂ ਰੂੜੀਆਂ 'ਤੇ ਉੱਗੇ ਹੋਏ ਫੁੱਲ ਹੀ ਸਹੀ ਤੁਸੀਂ ਖਿੜੇ ਹੋਈ ਕੱਤਿਆਂ ਦੀ ਕਪਾਹ ਵਰਗੇ ਬੱਲੇ ਬੱਲੇ ਸੋ ਇਹ ਮਤਲਬ ਰੱਬ ਉਹਨਾਂ ਨੂੰ ਰਾਜ਼ੀ ਰੱਖੇ ਜਿੱਥੇ ਵੀ ਹੈਨ ਤੰਦਰੁਸਤ ਰੱਖੇ ਉਹਨਾਂ ਨੂੰ ਔਰ ਕਿਉਂਕਿ ਉਹਨਾਂ ਦੇ ਪਿਆਰ ਸਤਿਕਾਰ ਦੀ ਬਦੌਲਤ ਮੈਨੂੰ ਯਾਦ ਹੈ ਕਿ ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਹੀ ਗੁਰਦਾਸ ਜੇ ਬਣਿਆ ਕਲਾਕਾਰ ਬਣਿਆ ਅਤੇ ਉਹਨਾਂ ਦੇ ਪਿੱਠ ਥਾਪੜਨ ਦੇ ਨਾਲ ਬਣਿਆ ਉਹ ਜੱਫੀ ਪਾ ਕੇ ਜਦੋਂ ਕਹਿੰਦੇ ਨਾ ਚੱਕ ਦੇ ਫਟੇ ਜਾ ਹਾਂਜੀ ਤੁਸੀਂ ਭਾਵੇਂ ਬੰਬੇ ਵੀ ਚਲੇ ਗਏ ਪਰ ਤੁਹਾਡੀ ਇੰਨੀਆਂ ਸਿਮਲੀਆਂ ਨੇ ਤੁਹਾਡੀ ਤਸ਼ਬੀਹਾਂ ਨਰਮੇ ਕਪਾਹਾਂ ਦੀਆਂ ਅਤੇ ਹੋਰ ਸਾਰੀਆਂ ਉਹ ਬਠਿੰਡੇ ਪੰਜਾਬ ਦੀਆਂ ਹੀ ਹਲ ਵੀ ਮਹਿਸੂਸ ਕਰਦੇ ਹਾਂ ਅਸੀਂ ਕਿਉਂਕਿ ਜਿਹੜਾ ਪਿੰਡ ਹੈ ਨਾ ਜਿਹੜਾ ਇਸ ਸਰੀਰ ਨੂੰ ਵੀ ਪਿੰਡ ਹੀ ਕਹਿੰਦੇ ਆ ਉਹ ਪਿੰਡ ਨਹੀਂ ਛੱਡਿਆ ਜਾ ਸਕਦਾ ਇਹ ਪਿੰਡ ਉਸੇ ਦਿਨ ਹੀ ਛੱਡਿਆ ਜਾ ਸਕਦਾ ਜਿਹਦੇ ਪਿੰਡ ਮੁੱਕਣਾ ਕਿੰਨੀ ਪਿੰਡ ਭਰਾਈਏ ਬੁੱਲੇ ਸ਼ਾਹ ਗੱਲ ਤਾਂ ਹੀ ਉਹ ਮੁੱਕਣੀ ਜਦ ਮੈਂ ਇਹਨੂੰ ਪਰੇ ਹਟਾਈਏ ਗਿਆ ਗਿਆ ਗੱਲ ਮੁੱਕਦੀ ਨਾਹੀਂ ਭਾਵੇਂ ਕਿਤਨੇ ਪਿੰਡ ਭਰਾਈਏ ਪਿੰਡ ਦਾਨ ਕਰਦੇ ਨਾ ਜੀ ਸੋ ਪਿੰਡ ਦਾਨ ਕਰਨ ਵਾਲੇ ਜਿਸ ਦਿਨ ਇਹ ਹੋ ਗਿਆ ਉਸ ਦਿਨ ਉਹ ਪਿੰਡ ਭੁੱਲੂਗਾ ਨਹੀਂ ਤਾਂ ਅਦਰਵਾਈਜ਼ ਜਿੱਥੇ ਮਰਜ਼ੀ ਚਲੇ ਜਾਈਏ ਪਿੰਡ ਅਤੇ ਪਿੰਡ ਅੰਦਰ ਹੀ ਰਹਿਣਾ ਹੈ ਕਿਉਂਕਿ ਪਿੰਡ ਦੇ ਅੰਦਰ ਪਿੰਡ ਵਸਿਆ ਹੋਇਆ ਕਿਆ ਬਾਤ ਹੈ ਜੀ ਬਾਬਾ ਮਾਨ ਸਾਹਿਬ ਹੁਣ ਇਹਨਾਂ ਬੁਲੰਦੀਆਂ 'ਤੇ ਜਾ ਕੇ ਕਦੇ ਕਦੇ ਤੁਸੀਂ ਸੋਚਦੇ ਹੋਣੇ ਹੋ ਕਿ ਹੁਣ ਮੈਂ ਕੀ ਕਰਾਂ ਜਾਂ ਮੈਂ ਕੀ ਹੋਰ ਕਰਨਾ ਚਾਹੁੰਦਾ ਜਾਂ ਮੈਂ ਪੰਜਾਬ ਦੇ ਖਾਸ ਤੌਰ 'ਤੇ ਪੰਜਾਬ ਨਾਲ ਤੁਹਾਡਾ ਇੰਨਾ ਮੋਹ ਪੰਜਾਬੀ ਨਾਲ ਇੰਨਾ ਮੋਹ ਆ ਕਿਵੇਂ ਦੇਖਣਾ ਚਾਹੋਗੇ ਖਾਸ ਤੌਰ 'ਤੇ ਪੰਜਾਬ ਨੂੰ ਕਿਹੋ ਜਿਹਾ ਵੇਖਣਾ ਚਾਹੋਗੇ ਕੋਈ ਕਹਿੰਦਾ ਕਿ ਮੈਂ ਦਰਖਤ ਲਵਾ ਰਿਹਾ ਕੋਈ ਕਹਿੰਦਾ ਮੈਂ ਆਹ ਕਰ ਦਿਆਂਗਾ ਕੋਈ ਕਹਿੰਦਾ ਮੈਂ ਆਹ ਕਰ ਦਿਆਂਗਾ ਆਪ ਜੀ ਦਾ ਕੀ ਖਿਆਲ ਹੈ ਮੇਰਾ ਖਿਆਲ ਉਹੀ ਹੈ ਜੋ ਧਨੀ ਰਾਮ ਚਾਤਰਕ ਜੀ ਦਾ ਸੀਗਾ ਅੱਛਾ ਜੀ ਜਿਹਨਾਂ ਨੇ ਆਪਣੇ ਗੀਤ ਦੇ ਵਿੱਚ ਜ਼ਿਕਰ ਕੀਤਾ ਸੀ ਪੰਜਾਬ ਕਰਾਂ ਕਿ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰਾ ਹਰਿਆ ਦਰਿਆ ਜਲ ਪਾਉਣ ਤੇਰਾ ਹਰਿਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਸਿਰ ਸਾਹਿਬਾਨ ਹੈ ਅੰਬਾਂ ਦਾ ਮਸਲੰਦ ਮਖਮਲੀ ਘਾਵਾਂ ਦੀ ਚੱਪੇ ਚੱਪੇ 'ਤੇ ਫੈਲ ਰਹੀ ਦੌਲਤ ਤੇਰੇ ਦਰਿਆਵਾਂ ਦੀ ਸੋ ਮੈਂ ਚਾਹੁੰਦਾ ਕਿ ਉਹ ਦੌਲਤ ਦਰਿਆਵਾਂ ਦੀ ਉਹ ਪੰਜੇ ਦੇ ਪੰਜੇ ਦਰਿਆ ਵਗਦੇ ਰਹਿਣ ਬਾਬੇ ਇੱਕ ਦਰਿਆ ਵੀ ਖਾਲੀ ਹੋ ਜਾਂਦਾ ਨਾ ਜਦੋਂ ਸੁੱਕਾ ਲੱਗਦਾ ਤਾਂ ਦਰਿਆ ਸੁੱਕੇ ਵਹਿੰਦੇ ਅੱਛੇ ਨਹੀਂ ਲੱਗਦੇ ਉਜਾੜਾ ਪੈ ਜਾਂਦਾ ਬਾਬਾ ਇਹ ਪ੍ਰਫੁੱਲਤ ਰਹਿਣਗੇ ਅਤੇ ਧਰਤੀ ਸੁਹਾਗਣ ਰਹੇਗੀ ਉਦੋਂ ਜਿੱਥੇ ਪਾਣੀ ਨਹੀਂ ਹੈ ਉੱਥੇ ਤਾਂ ਸੋਕਾ ਹੈ ਬਾਬਾ ਜੀ ਔਰ ਜਿੱਥੇ ਸੋਕਾ ਹੈ ਉੱਥੇ ਸਰੀਰਾਂ ਦੇ ਵਿੱਚ ਵੀ ਉਹ ਜ਼ਹਿਰਾਂ ਹੀ ਪੈਦਾ ਹੁੰਦੀਆਂ ਨੇ ਸੋ ਇਹ ਸਲਾਮਤ ਰਹਿਣੇ ਚਾਹੀਦੇ ਪੰਜ ਦਰਿਆ ਪੰਜ ਦਰਿਆ ਦੇ ਨਾਲ ਇਹਦੀ ਧਰਤੀ ਜ਼ਰਖੇਜ਼ ਰਹਿਣੀ ਚਾਹੀਦੀ ਹੈ ਜ਼ਰਖੇਜ਼ ਇਸ ਜ਼ਰਖੇਜ਼ ਮਿੱਟੀ ਦੀ ਕੁੱਖ ਵਿੱਚ ਖੋਪੜੀਆਂ ਨਾ ਬੀਜੋ ਖੋਪੜੀਆਂ 'ਚ ਉੱਗ ਪੈਣਗੇ ਇਨਕਲਾਬ ਦੇ ਦਾਣੇ ਵਾਹ ਵਾਹ ਹਾਂਜੀ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਹੁਣ ਜਿਸ ਤਰ੍ਹਾਂ ਤੁਸੀਂ ਜੈਸਚਰ ਕੀਤਾ ਜਿਹੜਾ ਕੋਕੋ ਕੋਲਾ ਵਾਲਾ ਸਟੂਡੀਓ ਦੇ ਵਿੱਚ ਆ ਕੇ ਤੁਸੀਂ ਦੁਗਾਣਾ ਦਿਲਜੀਤ ਨਾਲ ਰਿਕਾਰਡ ਕਰਾਇਆ ਇਸ ਤਰ੍ਹਾਂ ਦੇ ਵੈਂਚਰ ਅਸੀਂ ਹੋਰ ਵੀ ਐਕਸਪੈਕਟ ਕਰੀਏ ਇਹ ਸਾਰੀਆਂ ਚੀਜ਼ਾਂ ਨੈਚੁਰਲ ਹੋਈਆਂ ਮੈਂ ਕੋਈ ਕਹਿ ਕੇ ਨਹੀਂ ਕਰਵਾਈ ਚੀਜ਼ ਅੱਛਾ ਜੀ ਇਹ ਹੋਇਆ ਬਾਬੇ ਅੱਜ ਮੇਰੇ ਖਿਆਲ 4-5 ਸਾਲ ਹੋ ਗਏ ਇਸ ਕੋਕ ਸਟੂਡੀਓ ਨੂੰ ਸ਼ੁਰੂ ਹੋਏ ਨੂੰ ਉਹਨਾਂ ਦੀ ਉਦੋਂ ਦੀ ਸੀਗੀ ਉਹਨਾਂ ਦੇ ਅੰਦਰ ਮਨਸ਼ਾ ਸੀਗੀ ਕਿ ਗੁਰਦਾਸ ਨੂੰ ਅਸੀਂ ਰਿਕਾਰਡ ਕਰ ਸਕੀਏ ਪਰ ਉਹ ਨਹੀਂ ਸਮਾਂ ਜਦੋਂ ਸਮਾਂ ਆਉਂਦਾ ਹੈ ਉਸ ਗੱਲ ਦਾ ਤਾਂ ਉਹ ਸਮਾਂ ਦੱਸ ਦਿੰਦਾ ਕਿ ਐਵੇਂ ਨਹੀਂ ਲੇਟ ਹੋਇਆ ਕੋਈ ਵਜ੍ਹਾ ਸੀ ਗੁਰਦਾਸ ਮਾਨ ਸਾਹਿਬ ਡਫਲੀ ਤੁਸੀਂ ਬੜੀ ਪਾਪੂਲਰ ਕੀਤੀ ਡਫਲੀ ਤੁਸੀਂ ਜਦੋਂ ਲੈ ਮੇਰੇ ਖਿਆਲ ਹੈ ਡਫਲੀ ਨਾਲ ਮੈਂ ਪਾਪੂਲਰ ਹੋਇਆ ਡਫਲੀ ਨੇ ਮੈਨੂੰ ਪਾਪੂਲਰ ਕੀਤਾ ਹੁਣ ਤੁਸੀਂ ਉਹਨੀ ਨਹੀਂ ਇਸਤੇਮਾਲ ਕਰਦੇ ਨਹੀਂ ਇਹ ਤੁਹਾਨੂੰ ਵਹਿਮ ਹੈ ਅੱਛਾ ਜੀ ਨਹੀਂ ਵਹਿਮ ਹੈ ਉਹਨੀ ਵੀ ਤੁਸੀਂ ਦੇਖਿਆ ਨਹੀਂ ਤੁਸੀਂ ਕੀ ਬਣੂ ਦੁਨੀਆਂ ਦੇ ਵਿੱਚ ਜਿਹੜਾ ਮੈਂ ਜਿਹੜਾ ਉਦੋਂ ਬਜਾਈ ਆ ਪਰ ਹੁਣ ਜਿਵੇਂ ਮੇਰਾ ਤਾਂ ਸ਼ੁਰੂ ਆਦਤ ਉਦੋਂ ਤੋਂ ਹੁੰਦੀ ਹੈ ਅੱਛਾ ਜੀ ਸ਼ੁਰੂਆਤ ਸੋ ਡਫਲੀ ਉਸੇ ਤਰ੍ਹਾਂ ਪੂਰੀ ਜਿਵੇਂ ਪਹਿਲਾਂ ਯੂਜ਼ ਕਰਦੇ ਸੀ ਉਸੇ ਤਰ੍ਹਾਂ ਕਿਉਂਕਿ ਉਸ ਵੇਲੇ ਕੀ ਹੁੰਦਾ ਸੀ ਥਿੰਦ ਸਾਹਿਬ ਤੁਸੀਂ ਦੇਖਿਆ ਹੋਵੇ ਜੀ ਜੀ ਸਟੇਜ ਜਿਹੜੇ ਸਟੇਜ ਦੇ ਉੱਤੇ ਜਿਹੜਾ ਮਾਈਕ ਹੁੰਦਾ ਸੀ ਉਹ ਫਿਕਸ ਹੁੰਦਾ ਸੀ ਫਿਕਸ ਮਾਈਕ ਦੇ ਉੱਤੇ ਗਾਉਣਾ ਔਰ ਮੇਰੇ ਦੋਨੋਂ ਹੱਥ ਖਾਲੀ ਹੁੰਦੇ ਸੀ ਮੈਂ ਡਫਲੀ ਪਲੇ ਕਰ ਸਕਦਾ ਸੀ ਹੁਣ ਮੈਨੂੰ ਜਿਹੜਾ ਮਾਈਕ ਨੂੰ ਹੱਥ 'ਚ ਫੜ ਕੇ ਕਿਉਂਕਿ ਆਡੀਅੰਸ ਸਿੱਧੀ ਥੋੜ੍ਹੀ ਜਿਹੀ ਹੁੰਦੀ ਸੀ ਸਾਹਮਣੇ ਬੈਠੀ ਹੁੰਦੀ ਸੀ ਉਹਨਾਂ ਨੂੰ ਸੁਣਾ ਦੇਈਦਾ ਸੀਗਾ ਕਿਸੇ ਇੱਧਰਲੇ ਪਾਸੇ ਘੁੰਮਣ ਦੀ ਲੋੜ ਨਹੀਂ ਸੀ ਇੱਕੋ ਜਗ੍ਹਾ 'ਤੇ ਬੈਠ ਕੇ ਸਾਰੇ ਪਾਸੇ ਅੱਖ ਚਲੀ ਜਾਂਦੇ ਸੀ ਪਰ ਹੁਣ ਆਡੀਅੰਸ ਇੱਧਰਲੇ ਪਾਸੇ ਰਾਈਟ ਸਾਈਡ 'ਤੇ ਬੈਠੀ ਹੈ ਲੈਫਟ ਸਾਈਡ 'ਤੇ ਵੀ ਬੈਠੀ ਹੈ ਉੱਪਰ ਵੀ ਬੈਠੀ ਹੈ ਨੀਚੇ ਵੀ ਬੈਠੀ ਸੋ ਉਹਨਾਂ ਦੀ ਅੱਖ ਨਾਲ ਅੱਖ 'ਚ ਗੱਲ ਕਰਨ ਨਾਲ ਮੈਨੂੰ ਤੁਰਨਾ ਫਿਰਨਾ ਪੈਂਦਾ ਔਰ ਤੁਰਨਾ ਫਿਰਨਾ ਪੈਂਦਾ ਅਤੇ ਮਾਈਕ ਮੈਨੂੰ ਇੱਕ ਹੱਥ 'ਚ ਲੈਣਾ ਪਏਗਾ ਕਿਉਂਕਿ ਇਸ ਅੱਜ ਦੀ ਜਿਹੜੀ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਜੋ ਉਹਨਾਂ ਨੇ FM ਬਣਾਤਾ ਇਹ ਜਿਹੜਾ ਚੀਜ਼ ਕਿ ਬਿਨਾਂ ਵਾਇਰਲੈਸ ਤੋਂ ਤੁਸੀਂ ਵਾਇਰਲੈਸ ਜਿਹੜਾ ਮਾਈਕਰੋਫੋਨ ਹਾਂਜੀ ਮਾਈਕਰੋਫੋਨ ਆ ਗਏ ਤਾਂ ਤੁਸੀਂ ਉਹਨੂੰ ਇਸਤੇਮਾਲ ਕਰ ਸਕਦੇ ਹੋ ਸੋ ਮੇਰਾ ਖਿਆਲ ਹੈ ਇੱਕ ਹੱਥ ਜਦੋਂ ਕਿਉਂਕਿ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਡਫਲੀ ਵੀ ਦੋਨਾਂ ਹੱਥਾਂ ਨਾਲ ਵੱਜਦੀ ਅੱਛਾ ਜਦੋਂ ਤੁਸੀਂ ਗੀਤ ਲਿਖਦੇ ਹੋ ਕਿਉਂਕਿ ਤੁਹਾਡੀ ਜਿਹੜੀ ਪੋਇਟਰੀ ਆ ਉਹ ਇੰਨੀ ਟੱਚਿੰਗ ਆ ਉਹ ਇੰਨੀ ਜਜ਼ਬੇ ਭਰਪੂਰ ਆ ਉਹਨੂੰ ਸੁਣ ਕੇ ਵੀ ਬਹੁਤ ਸਵਾਦ ਆਉਂਦਾ ਸੋਨੇ 'ਤੇ ਸੁਹਾਗਾ ਜਦੋਂ ਤੁਸੀਂ ਗਾਉਂਦੇ ਹੋ ਉਹਨੂੰ ਉਦੋਂ ਜਦੋਂ ਉਤਰਦੀ ਆ ਜਾਂ ਕੋਈ ਖਾਸ ਮੌਕੇ ਨੇ ਉਦੋਂ ਲਿਖਦੇ ਹੋ ਜਾਂ ਕੋਈ ਚੀਜ਼ ਪ੍ਰਭਾਵਿਤ ਕਰਦੀ ਆ ਕੀ ਟ੍ਰਿਗਰ ਕਰਦੀ ਹੈ ਤੁਹਾਡੀ ਪੋਇਟਰੀ ਹੈ ਜਿਹੜੀ
ਪ੍ਰਭਾਵਿਤ ਹੋਣਾ ਹੀ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਗੱਲ ਤੋਂ ਮੁਤਾਸਰ ਹੋਣਾ ਔਰ ਉਹੀ ਤੁਹਾਡੇ 'ਤੇ ਅਸਰ ਕਰਦੀ ਹੈ। ਜੋ ਤੁਸੀਂ ਸੁਣਦੇ ਹੋ, ਜੋ ਤੁਸੀਂ ਜ਼ਮਾਨੇ ਦੇ ਵਿੱਚ ਵਿਚਰਦੇ ਹੋ, ਜੋ ਕੁਦਰਤ ਤੁਹਾਨੂੰ ਨਜ਼ਾਰਾ ਦਿਖਾਉਂਦੀ ਹੈ, ਉਸ ਜਲਵੇ ਦਾ ਹੀ ਅਸਰ ਹੁੰਦਾ ਹੈ ਸ਼ਾਇਰੀ। ਸੋ ਕਈ ਵਾਰੀ ਦੁਖਾਂਤ ਤੁਸੀਂ ਦੇਖਦੇ ਹੋ ਤਾਂ ਤੁਸੀਂ ਦੁੱਖ ਵਾਲੇ ਪਾਸੇ ਤੁਰ ਪੈਂਦੇ ਹੋ, ਕੋਈ ਖੁਸ਼ੀ ਦੀ ਗੱਲ ਦੇਖਦੇ ਹੋ, ਕੋਈ ਰੋਮਾਂਸ ਦੇਖਦੇ ਹੋ ਤਾਂ ਰੋਮਾਂਸ ਵਾਲੇ ਪਾਸੇ ਕੋਈ ਗੱਲ ਉਤਰ ਆਉਂਦੀ ਹੈ, ਕੋਈ ਰੱਬੀ ਗੱਲ ਕਿਸੇ ਦੇ ਉਹਦੇ 'ਤੇ ਕੋਈ ਮਜ਼ਾ ਲੈਂਦਾ ਅਤੇ ਉਹ ਸੂਫੀਆਨਾ ਰੰਗ ਦੀ ਸ਼ਾਇਰੀ ਦਾ ਉਤਾਰਾ ਹੁੰਦਾ। ਸੋ ਇਹ ਆਮਦ ਹੈ। ਸੋ ਤੁਸੀਂ ਨਾ, ਮੈਂ ਦੇਖਦਾ ਅਸੀਂ ਬਹੁਤ ਸਾਰੇ ਗਾਉਣ ਵਾਲੇ ਨੇ ਇੰਟਰਵਿਊ ਕਰਦੇ ਹਾਂ, ਪਹਿਲਾਂ ਤੋਂ ਵੇਖਿਆ ਮੈਂ, ਫਿਰ ਕਈ ਵਾਰੀ ਪੈਰ ਛੱਡ ਦਿੰਦੇ, ਤੁਸੀਂ ਡਾਊਨ ਟੂ ਅਰਥ ਬੜੇ ਰਹੇ ਬਹੁਤ। ਹੁਣ ਮੈਂ ਤੁਹਾਡੀ ਦੇਖ ਰਿਹਾ ਸੀ ਕਲਿੱਪ, ਜਿਹੜਾ ਇੱਕ ਵਿਚਾਰਾ ਜਿਹੜਾ ਅਪਾਹਜ ਸੀ ਇੱਕ ਪਰਿਵਾਰ, ਉਹਨਾਂ ਨੂੰ ਤੁਸੀਂ ਸਾਰੇ ਪੈਸੇ ਚੁਕਾ ਦਿੱਤੇ, ਯਾਰ ਇਹਨੂੰ ਦਿਓ, ਇਹ ਤੋਂ ਉੱਠ ਨਹੀਂ ਹੋਣਾ। ਮੈਂ ਦੇਖ ਰਿਹਾ ਸਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀਆਂ ਨਾ ਚੰਗੇ ਇਨਸਾਨ ਦੀਆਂ ਗੱਲਾਂ ਨੇ, ਉਹ ਲੋਕ ਵੇਖਦੇ ਆ ਅਤੇ ਉਸ ਤੋਂ ਵੀ ਮੁਤਾਸਰ ਹੁੰਦੇ ਆ, ਤੁਹਾਡੀ ਸ਼ਾਇਰੀ ਤੋਂ, ਪੋਇਟਰੀ ਤੋਂ, ਗਾਇਕ ਤੋਂ। ਲੋਕ ਉਸ ਦੀ ਤਲਾਸ਼ ਰਹਿੰਦੇ ਜਿਹੜਾ ਡਾਊਨ ਟੂ ਅਰਥ ਹੋਵੇ, ਉਹਨਾਂ ਦੇ ਨਾਲ ਚੰਗੀ ਤਰ੍ਹਾਂ ਵਰਤਾਓ ਕਰੇ, ਨਖਰੇਬਾਜ਼ ਨਾ ਹੋਏ। ਇਸ ਨੂੰ ਮੇਨਟੇਨ ਕਰਨ ਲਈ ਕੀ ਕਰਨਾ ਪਿਆ, ਕੀ ਯਾਦ ਰੱਖਦੇ ਹੋ ਹਮੇਸ਼ਾ? ਪੈਰ ਚੱਕ ਦਿਨ ਦੀ ਮਸ਼ਹੂਰੀ ਤੁਹਾਡੀ ਤਾਂ ਬਾਬੇ, ਮਸ਼ਹੂਰੀ ਬਹੁਤ ਜ਼ਿਆਦਾ ਆ। ਮੇਰੇ ਦਾਤੇ ਦੀ ਬਹੁਤ ਕਿਰਪਾ ਮਾਲਕ ਦੀ, ਇਹ ਵੀ ਬਿਨਾਂ ਉਹਦੀ ਕਿਰਪਾ ਦੇ ਕੁਛ ਵੀ ਨਹੀਂ ਬਾਬੇ। ਬਿਨ ਕਰਮਾ ਕਿਛ ਪਾਈਏ ਨਾ ਹੀ ਜੇ ਬਹੁਤ ਤੇਰਾ ਤਾਵ। ਔਰ ਸਾਡੇ ਸਿਆਣੇ, ਸਾਡੇ ਗੁਰੂ ਪੀਰ ਫਕੀਰ ਜਿਹੜੇ ਗੱਲਾਂ ਇਹੀ ਕਹਿ ਕੇ ਗਏ ਕਿ ਨਿਮਰਤਾ ਦੇ ਵਿੱਚ ਹੀ ਮਿਲਣਾ ਜੋ ਕੁਛ ਵੀ ਮਿਲਣਾ। ਜਿਹਨੇ ਲਿਆ ਨਿਮ ਨਿਮ ਕੇ ਲਿਆ, ਜਿਹਨੇ ਖੱਟਿਆ ਜੁੱਤੀਆਂ ਜੋ ਖੱਟਿਆ, ਜੁੱਤੀਆਂ ਵਾਲੇ ਪਾਸੇ ਜਾ ਕੇ, ਮਤਲਬ ਇਹ ਨਹੀਂ ਕਿ ਜੁੱਤੀਆਂ ਜਿਹਨਾਂ ਨੇ ਖਾਧੀਆਂ, ਜਿਹਨਾਂ ਨੇ ਮਾਪਿਆਂ ਦੀਆਂ ਖਾਧੀਆਂ ਉਹ ਵੀ ਤਰ ਗਏ, ਜਿਹਨਾਂ ਨੇ ਉਸਤਾਦਾਂ ਦੀਆਂ ਖਾਧੀਆਂ ਉਹ ਵੀ ਤਰ ਗਏ, ਜਿਹਨਾਂ ਨੇ ਗੁਰੂ ਦੀਆਂ ਖਾਧੀਆਂ ਉਹ ਵੀ ਤਰ ਗਏ, ਜਿਹਨਾਂ ਨੇ ਘਰ ਵਾਲੀਆਂ ਖਾਧੀਆਂ ਉਹ ਵੀ ਤਰ ਗਏ, ਬਾਕੀ ਮਰ ਗਏ। ਸੋ ਨਿਉਂ ਕੇ ਖੱਟਣਾ, ਨਿਉਂ ਕੇ ਚੱਕੀ ਜਵਾਨਾ, ਇੱਥੇ ਮੇਰੀ ਨੱਥ ਡਿੱਗ ਪਈ। ਵਾਹ ਵਾਹ, ਇਹ ਗੱਲ। ਜਦੋਂ ਇਕੱਲੇ ਹੁੰਦੇ ਮਾਨ ਸਾਹਿਬ, ਫਿਰ ਕਿਹੜੇ ਕਿਹੜੇ ਗੀਤ ਆ ਜਿਹੜੇ ਤੁਹਾਡੀ ਜ਼ਬਾਨ 'ਤੇ ਚੜ੍ਹੇ, ਜਿਹੜੇ ਤੁਸੀਂ ਗੁਣਗੁਣਾਉਂਦੇ ਗੁਣਗੁਣਾਉਂਦੇ ਰਹਿੰਦੇ, ਤੁਹਾਡੇ ਤਾਂ ਹਜ਼ਾਰਾਂ ਗੀਤ? ਮੈਂ ਜ਼ਿਆਦਾਤਰ, ਮੈਂ ਜਦੋਂ ਮੇਰਾ ਰਿਆਜ਼ ਆ, ਜਿਹੜਾ ਮੇਰਾ ਰਿਆਜ਼ ਵਾਰਿਸ ਸ਼ਾਹ ਦੀ ਹੀਰ ਦੇ ਨਾਲ। ਅੱਛਾ ਜੀ। ਹੀਰ ਮੈਂ ਬਚਪਨ 'ਚ ਵੀ ਬਹੁਤ, ਜਦੋਂ ਹੋਸ਼ ਸੰਭਾਲਦਾ, ਜਦੋਂ ਮਤਲਬ ਉਸ ਜਵਾਨੀ ਵਾਲੇ ਪਾਸੇ 'ਚ ਪੈਰ ਰੱਖਣਾ ਸ਼ੁਰੂ ਕਰਦਾ, ਉਸ ਵੇਲੇ ਮੈਂ ਹੀਰ ਤਕਰੀਬਨ ਪੜ੍ਹੀ ਸੀ। ਔਰ ਹੁਣ ਵੀ ਇਕੱਲੇ ਗਾਉਂਦੇ ਰਹਿੰਦੇ ਹੋ? ਹੁਣ ਵੀ ਮੈਂ ਜਦੋਂ ਰਿਆਜ਼ ਕਰਦਾ, ਮੈਂ ਹੀਰ ਤੋਂ ਹੀ ਰਿਆਜ਼ ਸ਼ੁਰੂ ਕਰਦਾ, ਮੇਰੇ ਮੈਂ ਹੀਰ ਤੋਂ ਸ਼ੁਰੂ ਕਰਦਾ ਰਿਆਜ਼। ਦੁੱਖ ਬੋਲ ਹੀਰ ਦੀ ਸੁਣਾ ਦਿਓ ਜੀ। ਹੁਣ ਇਸ ਵੇਲੇ ਸਵੇਰੇ ਕੋਈ ਨਹੀਂ, ਕੁਛ ਨਹੀਂ ਹੁੰਦਾ ਬਾਬੇ, ਤੁਹਾਡੀ ਆਵਾਜ਼ ਬੜੀ ਵਧੀਆ। ਅਵਲ ਹਮਦ ਖੁਦਾ ਦਾ ਵਿਰਦ ਕੀਜੇ, ਤੇ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ, ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ, ਮੰਜ਼ਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ, ਤੇ ਛੇੜੇ ਹੋਰ ਨੇ ਤੂਲ ਫਜ਼ੂਲ ਮੀਆਂ, ਉਹ ਭਾਵੇਂ ਜ਼ੋਹਦੀ ਇਬਾਦਤਾਂ ਲੱਖ ਹੋਸਣ, ਤੇ ਇਸ਼ਕ ਬਾਜ਼ ਨਜਾਤ ਨਾ ਮੂਲ ਮੀਆਂ, ਵਾਰਸ ਆਸ਼ਿਕਾਂ ਤੇ ਕਰਮ ਰੱਬ ਦਾ ਹੈ, ਉਹ ਜਿੰਨਾ ਕੀਤਾ ਹੈ ਇਸ਼ਕ ਅਸੂਲ ਮੀਆਂ, ਜਿੰਨਾ ਕੀਤਾ ਹੈ ਇਸ਼ਕ ਅਸੂਲ ਮੀਆਂ। ਵਾਹ 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 ਵਾਹ, ਬਿਓ ਕਮਾਲ ਕਰਤੀ ਹੈ, ਕਮਾਲ ਹੋ ਗਈ। ਖੈਰ ਮੈਨੂੰ ਪਤਾ ਤੁਹਾਡੇ ਹੋਰ ਵੀ ਕੀਰ ਜਿਵੇਂ ਆ, ਅਤੇ ਅਖੀਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਸੁਣਨ ਵਾਲੇ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ, ਔਰ ਆਪ ਜੀ ਦੀ ਵਰਸ਼ਿਪ ਕਰਦੇ ਨੇ ਕਈ ਲੋਕ, ਮੈਂ ਕਈਆਂ ਲੋਕਾਂ ਨੂੰ ਜਾਣਦਾ, ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੇਰੇ ਵੱਲੋਂ ਇਹੀ ਗੁਜ਼ਾਰਿਸ਼ ਰਹੇਗੀ ਬਾਬਾ ਜੀ, ਆਪਣੀ ਸਿਹਤ ਦਾ ਖਿਆਲ ਰੱਖਣ, ਆਪਣੇ ਪਰਿਵਾਰ ਦੇ ਨਾਲ ਜੁੜੇ ਰਹਿਣ, ਔਰ ਆਪਣੀ ਕੌਮ ਦੇ ਨਾਲ ਜੁੜੇ ਰਹਿਣ, ਆਪਣੇ ਪਿਆਰਿਆਂ ਦੇ ਨਾਲ ਜੁੜੇ ਰਹਿਣ, ਕਿਉਂਕਿ ਜੁੜਨ ਦੇ ਵਿੱਚ ਹੀ ਸਾਰਾ ਕੁਛ ਹੈ। ਸਭ ਤੋੜਨ ਦੀ ਗੱਲ ਕਰਦੇ ਨੇ, ਕੋਈ ਜੋੜਨ ਦੀ ਗੱਲ ਕਰਦਾ ਨਹੀਂ, ਦਿਲ ਲੈ ਕੇ ਯਾਰ ਗਰੀਬਾਂ ਦਾ, ਕੋਈ ਮੋੜਨ ਦੀ ਗੱਲ ਕਰਦਾ ਨਹੀਂ। ਕਿਆ ਬਾਤ! ਸੋ ਏਕੇ ਇਤਫਾਕ ਵਿੱਚ ਬਰਕਤ ਹੈ, ਮੁਹੱਬਤ ਦੇ ਵਿੱਚ ਹੀ ਸਭ ਕੁਛ ਹੈ, ਔਰ ਬਾਕੀ ਨਫ਼ਰਤ ਦੇ ਨਾਲ ਜਿਹੜਾ ਕੁਛ ਬੀਜੋਗੇ ਉਹੀ ਵੱਢਣਾ ਬਾਬਾ ਜੀ, ਬਸ ਇੰਨਾ ਹੀ ਖਿਆਲ ਰੱਖਣਾ।
ਰੱਬ ਤੁਹਾਨੂੰ ਰਾਜ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਇੱਜ਼ਤ ਮਾਨ ਸਤਿਕਾਰ ਬਖਸ਼ੇ। ਬਹੁਤ ਬਹੁਤ ਮਿਹਰਬਾਨੀ ਅਦਾਰਾ ਰੈੱਡ ਐਫ ਐਮ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਯੂਅਰ ਲਿਵਿੰਗ ਲੈਜੈਂਡ, ਇੱਕ ਸਦੀ 'ਚ ਕਈ ਪੁਰਖ ਹੁੰਦੇ ਆ, ਔਰ ਮੈਂ ਤੁਹਾਡੀ ਇਸ ਕਰਕੇ ਪ੍ਰਸ਼ੰਸਾ ਨਹੀਂ ਕਰਦਾ ਕਿ ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ, ਔਰ ਇੱਕੋ ਮੁਹੰਮਦ ਰਫੀ, ਇੱਕੋ ਗੁਰਦਾਸ ਮਾਨ, ਇੱਕੋ ਇੱਕ ਬੰਦੇ ਕਈ ਵਾਰੀ ਹੁੰਦੇ, ਅਤੇ ਆਪ ਜੀ ਉਹ ਵਿਅਕਤੀ ਹੋ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਤੁਸੀਂ ਸਾਡੇ ਸਟੂਡੀਓਜ਼ 'ਚ ਆਏ ਹੋ। ਥੈਂਕ ਯੂ ਥੈਂਕ ਸਰ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਜੀ।